ਸਟਾਕ ਮਾਰਕੀਟ ਦੇ ਇੱਕ ਬਹੁਤ ਔਖੀ ਚੀਜ਼ ਆ ਜਿਹੜੀ ਉਹ ਐ ਸਟਾਕ ਸਿਲੈਕਸ਼ਨ ਕਿਰ ਕਿਹੜੀ ਕੰਪਨੀ ਵਿੱਚ ਪੈਸਾ ਲਾਈਏ ਕਿ ਸਾਨੂੰ ਇੱਕ ਚੰਗੇ ਰਿਟਰਨ ਮਿਲੇ ਦੇਖੋ ਇਹਦੇ ਵਿੱਚ ਦੋ ਚੀਜ਼ ਆ ਜਾਂਦੀਆਂ ਜੇ ਤਾਂ ਤੁਹਾਡੀ ਰਿਸਰਚ ਚੰਗੀ ਆ ਤਾਂ ਤੁਸੀਂ ਇੰਡੀਵਿਜੂਅਲ ਸਟਾਕ ਵਿੱਚ ਲਾਓ ਇੰਡੀਵਿਜੂਅਲ ਸਟਾਕਸ ਵਿੱਚ ਲਾਉਣ ਦਾ ਇੱਕ ਬਹੁਤ ਸਿੰਪਲ ਫਾਰਮੂਲਾ ਜਿਹੜਾ ਮੈਂ ਵਰਤਦਾ ਉਹ ਇਹ ਆ ਕਿ ਜਿਹੜੀ ਕੰਪਨੀ ਦੇ ਪ੍ਰੋਡਕਟ ਮੈਂ ਯੂਜ਼ ਕਰਦਾ ਮੈਂ ਉਹਦੇ ਵਿੱਚ ਪੈਸੇ ਲਾ ਦਿੰਦਾ ਹੈ ਉਹ ਕੀ ਹੁੰਦਾ ਉਹਦਾ ਉਹਦੇ ਪਿੱਛੇ ਸੈਂਸ ਕੀ ਆ ਕਿ ਯਾਰ ਜੇ ਮੈਂ ਕਿਸੇ ਕੰਪਨੀ ਦੇ ਪ੍ਰੋਡਕਟ ਯੂਜ਼ ਕਰ ਰਿਹਾ ਦੋ ਤਰੀਕਿਆਂ ਨਾਲ ਕਰੂੰਗਾ ਇੱਕ ਤਾਂ ਉਹ ਉਸ ਕੰਪਨੀ ਦਾ ਜਿਹੜਾ ਹੈਗਾ ਪ੍ਰੋਡਕਟ ਬਹੁਤ ਵਧੀਆ ਵਧੀਆ ਕੁਆਲਿਟੀ ਦੇ ਆ ਤੇ ਜੇ ਕਿਸੇ ਕੰਪਨੀ ਦੀ ਕੁਆਲਿਟੀ ਵਧੀਆ ਅੱਜ ਨਹੀਂ ਤਾਂ ਕੱਲ੍ਹ ਨੂੰ ਪ੍ਰੋਫਿਟ ਵਿੱਚ ਹੀ ਹੋਊਗੀ ਤੇ ਜੇ ਕੰਪਨੀ ਪ੍ਰੋਫਿਟ ਵਿੱਚ ਹੋਊਗੀ ਉਹਦਾ ਸ਼ੇਅਰ ਗਰੋ ਕਰੂਗਾ ਤੇ ਆਪਾਂ ਨੂੰ ਪੈਸੇ ਬਣਨਗੇ ਦੂਸਰੀ ਚੀਜ਼ ਜਿਹੜੀ ਹੋ ਸਕਦੀ ਕਿ ਉਹ ਅਫੋਰਡੇਬਲ ਹੋਵੇ ਕਿਉਂਕਿ ਦੇਖੋ ਜੇ ਪੈਸਾ ਕਮਾਉਣ ਦੇ ਦੋ ਤਰੀਕੇ ਆ ਜੇ ਤੁਸੀਂ 100 ਰੁਪਏ ਕਮਾਉਣਾ ਜਾਂ ਤਾਂ 100 ਰੁਪਏ ਦਾ ਪ੍ਰੋਡਕਟ ਬਣਾਓ ਇੱਕ ਜ ਜੇ 10-10 ਰੁਪਏ ਦੇ ਪ੍ਰੋਡਕਟ 10 ਰੁਪਏ ਦਾ ਪ੍ਰੋਡਕਟ ਬਣਾਓ ਤੇ 10 ਜਣਾਂ ਨੂੰ ਵੇਚ ਦਿਓ। ਇੱਥੇ ਗੱਲ ਆ ਰਹੀ ਹੈ ਅਫੋਰਡੇਬਿਲਟੀ ਦੀ। ਜੇ ਤਾਂ ਤੁਹਾਡਾ ਪ੍ਰੋਡਕਟ ਅਫੋਰਡੇਬਲ ਆ ਤਾਂ ਬਹੁਤ ਲੋਕ ਖਰੀਦਣਗੇ। ਜਿਵੇਂ ਸੁਜ਼ੂਕੀ ਦੀਆਂ ਗੱਡੀਆਂ ਤੇ ਜੇ ਤੁਹਾਡਾ ਪ੍ਰੋਡਕਟ ਲਗਜ਼ਰੀ ਆ ਘੱਟ ਜਣੇ ਖਰੀਦਣਗੇ ਤੁਸੀਂ ਮਾਰਜਿਨ ਉਨਾ ਹੀ ਕਮਾਓਗੇ ਉਸ ਤੋਂ ਭਾਵੇਂ ਜ਼ਿਆਦਾ ਕਮਾ ਲਓ ਪਰ ਉਹ ਥੋੜੇ ਲੋਕਾਂ ਵਿੱਚੋਂ ਕਮਾਓਗੇ ਜਿਵੇਂ ਮਰਸੀਡੀਜ਼ ਜਾਂ ਬੀਮਰ ਗੱਡੀਆਂ ਹੋਊਗਾ। ਇਸ ਲਈ ਮੈਂ ਇਹ ਚੀਜ਼ ਦੇਖਦਾ ਹਾਂ ਕਿ ਇੱਕ ਚੀਜ਼ ਉਹ ਚੀਜ਼ ਦੀ ਕੁਆਲਿਟੀ ਵਧੀਆ ਹੋਵੇ ਦੂਜੀ ਉਹ ਚੀਜ਼ ਅਫੋਰਡੇਬਲ ਹੋਵੇ ਤੇ ਜਿਹੜੀ ਕੰਪਨੀ ਨੇ ਪਰ ਮੈਂ ਪ੍ਰੋਡਕਟ ਵਾ ਵਾਰਤ ਦਾ ਕੋਸ਼ਿਸ਼ ਕਰਦਾ ਮੈਂ ਉਹਨਾਂ ਵਿੱਚ ਹੀ ਇਨਵੈਸਟ ਕਰਾਂ ਪਰਸਨਲ ਫਾਈਨੈਂਸ ਐਜੂਕੇਸ਼ਨ ਦੀ ਸੀਰੀਜ਼ ਦੀ ਇਸ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਕਿ ਸਟਾਕ ਮਾਰਕੀਟ ਵਿੱਚ ਇਨਵੈਸਟ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਤੇ ਕਿਹੜੀਆਂ ਗਲਤੀਆਂ ਤੋਂ ਆਪਾਂ ਬਚਣਾ ਹੈ ਉਸ ਵੀਡੀਓ ਵਿੱਚ ਆਪਾਂ ਕਿਹਾ ਸੀ ਕਿ ਆਪਾਂ ਗੱਲ ਮਿਊਚੁਅਲ ਫੰਡ ਦੇ ਕਰਾਂਗੇ ਅੱਜ ਦੀ ਵੀਡੀਓ ਵਿੱਚ ਗੱਲ ਮਿਊਚੁਅਲ ਫੰਡ ਤੇ ਹੋਊਗੀ ਪਰ ਜੇ ਤੁਸੀਂ ਉਹ ਵੀਡੀਓ ਹਜੇ ਨਹੀਂ ਦੇਖ ਦੇਖੋ ਮੰਨ ਕੇ ਚੱਲੋ ਅੱਜ ਮੈਂ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਨਾ ਸ਼ੁਰੂ ਕਰਨਾ ਹੈ ਮੇਰੇ ਕੁਝ ਕੰਪਨੀਆਂ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਰეკਮੈਂਡੇਸ਼ਨ ਨਹੀਂ ਵੈਸੇ ਇੱਕ ਗੱਲ ਕਰ ਰਿਹਾ ਰਿਲਾਇੰਸ ਹੋਗੀ TCS ਹੋਗੀ ਐਸ਼ੀਅਨ ਪੇਂਟ ਹੋਗੀ HDFC ਬੈਂਕ ਹੋਗੀ ਸਿਪਲਾ ਹੋਗੀ ਹਿੰਦੁਸਤਾਨ ਯੂਨੀਲੀਵਰ ਹੋਗੀ ਇਹ ਕੁਝ ਕੰਪਨੀਆਂ ਵੱਡੀਆਂ ਕੰਪਨੀਆਂ ਐ ਕੋਈ ਰეკਮੈਂਡੇਸ਼ਨ ਨਹੀਂ ਗਈ ਇਹਨਾਂ ਕੰਪਨੀਆਂ ਵਿੱਚ ਮੈਂ ਸੋਚਦਾ ਕਿ ਯਾਰ ਮੈਂ ਇਹੇ ਕੰਪਨੀ ਦੇ ਇੱਕ ਸ਼ੇਅਰ ਲੈ ਲਵਾਂ ਰਿਲਾਇੰਸ ਦਾ ਸ਼ੇਅਰ ਲਗਭਗ 2500 ਦਾ ਐ 30000 ਲਗਭਗ 3000 ਦਾ ਐਸ਼ੀਅਨ ਪੇਂਟ ਦਾ ਵੀ ਲਗਭਗ ਇੱਥੇਕ ਜੇ ਆ ਐਚਡੀਐਫਸੀ ਬੈਂਕ ਦਾ 15-1600 ਦਾ ਹੋਊਗਾ ਤੇ ਹੋਰ ਐਚਯੂਐਲ ਜਿਹੜਾ ਹਿੰਦੂਸਤਾਨ ਯੂਨੀਅਨ ਲੀਵਰ ਉਹਦਾ ਵੀ ਸ਼ਾਇਦ 2000 ਕੁ ਸੇ ਇੱਥੇਕ ਜੇ ਹੋਊਗਾ ਲਗਭਗ ਮੈਨੂੰ ਜੇ ਪੰਜ ਛੇਰਾਂ ਵਿੱਚ ਪੈਸੇ ਲਾਉਣੇ ਤਾਂ ਮੈਨੂੰ 10 ਤੋਂ ਲੈ ਕੇ 15000 ਰੁਪਏ ਚਾਹੀਦਾ ਜੇ ਨਾਲ ਦੇ ਇੱਕ ਇੱਕ ਛੇਰ ਵੀ ਲੈਣਾ ਹੈ ਪਰ ਮੇਰੇ ਕੋਲ ਤਾਂ 10000 ਰੁਪਏ ਜ ਹੈ ਨਹੀਂਗਾ ਵੀ ਮੈਂ ਸਾਰਿਆਂ ਦੇ ਇੱਕ ਇੱਕ ਛੇਰ ਲਵਾਂ ਤਾਂ ਦੋ ਚੀਜ਼ਾਂ ਹੋ ਸਕਦੀਆਂ ਇੱਕ ਇੱਕੋ ਕੰਪਨੀ ਦੇ ਛੇਰ ਲੈ ਲਵਾਂ ਮੈਂ ਜਿੰਨੇ ਕਾਉਂਦੇ ਆ ਦੂਸਰੀ ਚੀਜ਼ ਕੋਈ ਇਹੋ ਜਿਹਾ ਸਿਸਟਮ ਹੋਵੇ ਕਿ ਮੈਨੂੰ ਭਾਵੇਂ ਸ਼ੇਅਰ ਥੋੜੇ ਮਿਲ ਜਾਣ ਪਰ ਮੇਰਾ ਜਿਹੜਾ ਪੈਸਾ ਵੰਡਿਆ ਜਾਵੇ ਸਾਰੀਆਂ ਕੰਪਨੀਆਂ ਵਿੱਚ ਥੋੜਾ ਥੋੜਾ ਇੱਥੇ ਕੰਮ ਹੁੰਦੇ ਆ ਮਿਊਚੁਅਲ ਫੰਡ ਮਿਊਚੁਅਲ ਫੰਡ ਕੀ ਹੁੰਦੇ ਆ ਮੰਨ ਕੇ ਚਲੋ ਆਪਾਂ ਕੇਕ ਖਾਣਾ ਏ ਕੇਕ ਹੈਗਾ ਮਹਿੰਗਾ 1000 ਰੁਪਏ ਦਾ ਕੇਕ ਆ ਆਪਣੇ ਕੋਲ ਹੈਗਾ 100 ਰੁਪਿਆ ਪਰ ਕੇਕ ਲੈਣੇ ਕੀ ਕੀਤਾ ਬੇਕਰੀ ਵਾਲ ਨੇ ਉਹਦੇ ਵਿੱਚ ਇੱਕ ਪੀਸ ਕੱਟ ਕੇ ਨਾ 100 ਰੁਪਏ ਦਾ ਆਪਾਂ ਨੂੰ ਦੇ ਦਿੱਤਾ ਜਿਹਨੂੰ ਆਪਾਂ ਪੇਸਟਰੀ ਕਹਿ ਸਕਦੇ ਆਪਾਂ 100 ਰੁਪਏ ਦੀ ਪੇਸਟਰੀ ਖਾਧੀ ਆਪਾਂ ਨੂੰ ਟੇਸਟ ਵੀ ਸਾਰਾ ਆ ਗਿਆ ਇਦਾਂ ਵੀ ਮਿਊਚੁਅਲ ਫੰਡ ਕੰਮ ਕਰਦੇ ਆ ਕਿ ਮਿਊਚੁਅਲ ਫੰਡ ਵਿੱਚ ਹੁੰਦਾ ਇੱਕ ਫੰਡ ਮੈਨੇਜਰ ਹੁੰਦਾ ਜਿਹੜਾ ਤੁਹਾਡੇ ਤੋਂ ਥੋੜੀ ਜਿਹੀ ਫੀਸ ਲਊਗਾ ਕਿਉਂਕਿ ਉਹਨਾਂ ਨੇ ਰਿਸਰਚ ਵੀ ਕਰਨੀ ਆ ਉਹਦੀਆਂ ਸੈਲਸ ਕੱਢਣੀਆਂ ਕੰਪਨੀ ਨੇ ਤੁਹਾਡੇ ਤੋਂ ਥੋੜੀ ਜਿਹੀ ਫੀਸ ਲਊਗਾ ਤੁਹਾਡੇ ਜਿਹੜਾ 500 ਰੁਪਿਆ ਏ ਜਾਂ 1000 ਰੁਪਿਆ ਏ ਇੱਕ ਪੋਰਟਫੋਲੀਓ ਦੇਊਗਾ ਤੁਹਾਨੂੰ ਕਿ ਐਸਐਸ ਕੰਪਨੀਆਂ ਦੇ ਵਿੱਚ ਮੈਂ ਸ਼ੇਅਰ ਇਨਵੈਸਟ ਕਰਨ ਜਾ ਰਿਹਾ ਤੁਹਾਡਾ ਜਿਹੜਾ 500 ਰੁਪਿਆ ਏ ਆ ਪੰਜ ਕੰਪਨੀਆਂ ਜਾਂ 6 ਕੰਪਨੀਆਂ ਜਾਂ ਜਿੰਨੀਆਂ ਵੀ ਆ ਉਹਨਾਂ ਵਿੱਚ ਡਿਵਾਈਡ ਹੋ ਜਾਊਗਾ ਤੇ ਤੁਹਾਨੂੰ ਉਹਦੇ ਬਦਲੇ ਮੈਂ ਯੂਨ ਇਹ ਕੰਮ ਕਿਵੇਂ ਕਰਦਾ ਸੀ ਇਹ ਦੇਖੋ ਵੈਸੇ ਤਾਂ ਮਿਊਚੁਅਲ ਫੰਡ ਜਿਹੜਾ ਹੁੰਦਾ ਨਾ ਕਈ ਤਰ੍ਹਾਂ ਦੇ ਹੁੰਦੇ ਆ ਜਿਵੇਂ ਸਟਾਕ ਮਾਰਕੀਟ ਵਿੱਚ ਹੋਗੇ 골ਡ ਵਿੱਚ ਹੋਗੇ ਤੇ ਰੀਅਲ ਸਟੇਟ ਵਿੱਚ ਹੋਗੇ ਜ਼ਿਆਦਾਤਰ ਇਹਨੂੰ ਸਟਾਕ ਮਾਰਕੀਟ ਨਾਲ ਰਿਲੇਟ ਕਰਕੇ ਦੱਸਦੇ ਆਪਾਂ ਵੀ ਉਦੋਂ ਹੀ ਗੱਲ ਕਰਾਂਗੇ ਹੁਣ ਜਿਹੜਾ ਸਭ ਤੋਂ ਵੱਡਾ ਫਾਇਦਾ ਜਿਹੜਾ ਮੈਨੂੰ ਮਿਊਚੁਅਲ ਫੰਡ ਦਾ ਇਹ ਲੱਗਦਾ ਕਿ ਯਾਰ ਦੇਖੋ ਮੈਨੂੰ ਸਟਾਕ ਮਾਰਕੀਟ ਬਾਰੇ ਜਾਣਕਾਰੀ ਹੈ ਨਹੀਂ ਪਰ ਮੈਂ ਚਾਹੁੰਦਾ ਕਿ ਯਾਰ ਮੈਂ ਇਹਦਾ ਪੈਸਾ ਗਰੋਅ ਕਰਨਾ ਮਹਿੰਗਾਈ ਨੂੰ ਮੈਂ ਬੀਟ ਕਰਨਾ ਹੈ ਉੱਥੇ ਕੀ ਹੁੰਦਾ ਹੈ ਕਿ ਯਾਰ ਜੇ ਮੈਂ ਸਟਾਕ ਕੋਈ ਚੱਕ ਲਿਆ ਮੈਂ ਚੱਕ ਲਿਆ ਕੋਈ ਗਲ ਜਿੱਦੈ ਇਸ ਬੈਂਕ ਡਿੱਗਣਾ ਸ਼ੁਰੂ ਹੋਇਆ ਲਗਭਗ 290 ਤੋਂ ਉਹ 10 ਦੁਸਤੇ ਸ਼ਾਇਦ ਫਿਰ ਅੱਜ ਜਿੱਦੈ ਪੇ 290 ਤੋਂ ਚ ਇਨਵੈਸਟ ਕੀਤਾ ਹੁੰਦਾ ਤੇ ਅੱਜ ਉਹ 10 ਤੇ ਆ ਗਿਆ ਤੇ ਮੇਰਾ ਜਿਹੜਾ ਪਰ ਸ਼ੇਅਰ ਲਾਸ ਹੋਊਗਾ ਲਗਭਗ 280 ਰੁਪਏ ਮੈਂ ਤੁਹਾਨੂੰ ਕਿ ਯਾਰ ਮੈਨੂੰ ਜਾਣਕਾਰੀ ਹੈ ਨਹੀਂ ਭਾਈ ਸਟਾਕ ਮਾਰਕੀਟ ਕੀ ਹੈ ਕਿਵੇਂ ਸਟਾਕ ਸਿਲੈਕਸ਼ਨ ਕਰਨੇ ਮੈਨੂੰ ਤਾਂ ਕੋਈ ਬੰਦਾ ਦੇਵਾ ਇਹੋ ਜਿਹਾ ਵੀ ਜਿਹੜਾ ਯਾਰ ਮੈਨੂੰ ਦੱਸ ਸਕੇ ਹੁਣ ਉਹਦੇ ਲਈ ਦੋ ਚੀਜ਼ਾਂ ਹੋਣਗੀਆਂ ਜਾਂ ਤਾਂ ਤੁਸੀਂ ਕੋਈ ਫਾਈਨੈਂਸ਼ੀਅਲ ਡਵਾਈਜ਼ਰ ਰੱਖੋਗੇ ਫਰੈਂਚਲ ਡਿਵਾਈਜ਼ਰ ਇੱਕ ਫੀਸ ਲਊਗਾ ਤੁਹਾਡੇ ਤੋਂ ਤੁਹਾਨੂੰ ਦੱਸੀ ਜਾਊਗੀ ਯਾਰ ਆਹ ਸ਼ੇਅਰ ਹੈਗਾ ਇਹਨੂੰ ਖਰੀਦ ਲੈ ਆਹ ਸ਼ੇਅਰ ਹੈਗਾ ਇਹਨੂੰ ਵੇਚ ਦੇ ਉਹਦੇ ਵਿੱਚ ਕੀ ਹੋਊਗਾ ਕਿ ਯਾਰ ਤੁਹਾਨੂੰ ਸਾਰੀਆਂ ਟ੍ਰਾਂਜੈਕਸ਼ਨ ਖੁਦ ਕਰਨੀਆਂ ਪੈਣਗੀਆਂ ਤੁਹਾਨੂੰ ਥੋੜਾ ਜਿਹਾ ਐਕਟਿਵ ਰਹਿਣਾ ਪਊਗਾ ਦੂਸਰੇ ਪਾਸੇ ਕੀ ਹੁੰਦਾ ਕਿ ਇੱਕ ਕੰਪਨੀ ਏ ਐਮ ਸੀ ਕੰਪਨੀ ਹੁੰਦੀ ਆ ਉਹਨੇ ਇੱਕ ਫੰਡ ਮੈਨੇਜਰ ਬਿਠਾਇਆ ਹੁੰਦਾ ਜਿਹਨੂੰ ਬਹੁਤ ਤਕੜੀ ਨੌਲੇਜ ਹੁੰਦੀ ਸ਼ੇਅਰ ਮਾਰਕੀਟ ਦੀ ਉਹਨੂੰ ਉਹਨੇ ਕੀ ਕਰਨਾ ਕਿ ਆਪਣੇ ਸਾਰਿਆਂ ਤੋਂ ਆਪਣੇ ਤੋਂ 500 ਲੈ ਲਿਆ ਆਪਣੇ ਦੋਸਤੋਂ ਤੋਂ 500 ਲੈ ਲਿਆ ਆਪਣੇ ਰਿਸ਼ਤੇਦਾਰ ਤੋਂ 500 ਲੈ ਲਿਆ ਤੇ ਆਪਣੇ ਗਲੀ ਗੁਆਂਢ ਵਾਲੇ ਤੋਂ ਮਤਲਬ ਮੈਂ ਲੈਣੇ ਨਹੀਂ ਗੇ ਕਾਲਮ ਲਾ ਕੇ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਵੀ 10000 ਤੋਂ 5500 ਲੈ ਕੇ 5000 ਹੋ ਗਿਆ 5000 ਨੂੰ ਲਾਊਗਾ ਕਿਸੇ ਚੰਗੇ ਸਟਾਕ ਵਿੱਚ ਤੇ ਉਹ ਸਟਾਕ ਆਪਣੇ ਸਾਰਿਆਂ ਦੇ ਵਿੱਚ ਐਨਏਵੀ ਹੁੰਦੀ ਹੈ ਮਿਊਚੁਅਲ ਫੰਡ ਦੇ ਵਿੱਚ ਐਨਏਵੀ ਦੇ ਤਰੀਕੇ ਨਾਲ ਵੰਡ ਦੂਗਾ ਬਿਗਨਰ ਨੇ ਸ਼ੁਰੂ ਕਰਨਾ ਉਹਦੇ ਲਈ ਮਿਊਚੁਅਲ ਫੰਡ ਬਹੁਤ ਵਧੀਆ ਹੈ ਮੈਂ ਵੀ ਇੱਥੇ ਮਿਊਚੁਅਲ ਫੰਡ ਤੋਂ ਸ਼ੁਰੂ ਕੀਤਾ ਸੀ ਹੁਣ ਚਲੋ ਪਤਾ ਲੱਗਣ ਲੱਗਾ ਤੇ ਆਪ ਡਾਇਰੈਕਟ ਸਟਾਕਸ ਵਿੱਚ ਇਨਵੈਸਟ ਕਰ ਦੇਈਦਾ ਹੈ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਨ ਦਾ ਸਭ ਤੋਂ ਪਹਿਲਾ ਫਾਇਦਾ ਇਹ ਆ ਕਿ ਆਪਾਂ ਇੰਨੇ ਮਾਰ ਨਹੀਂ ਹੈ ਵੀ ਜਿਹੜੇ ਕਿਸੇ ਕੰਪਨੀ ਨੂੰ ਚੰਗੀ ਤਰ੍ਹਾਂ ਅਨਾਲਿਸਿਸ ਕਰਕੇ ਉਹਦੇ ਵਿੱਚ ਇਨਵੈਸਟ ਕਰ ਸਕੀ ਕਿ ਇਹਦੇ 'ਚ ਰਿਸਕ ਜਾਂ ਰਿਵਾਰਡ ਕੀ ਹੋਊਗਾ ਕੀ ਇਹਦਾ ਅੱਗੇ ਫਾਈਨੈਂਸ਼ੀਅਲਸ ਹੈਗੇ ਆ ਕੀ ਇਹਦਾ ਫਿਊਚਰ ਹੋਊਗਾ ਤੇ ਕਿੰਦਾਂ ਦੀ ਇਹਦੀ ਮੈਨੇਜਮੈਂਟ ਆ ਉਹ ਆਪਣੇ ਲਈ ਥੋੜਾ ਜਿਹਾ ਔਖਾ ਏ ਪਰ ਜਿਹੜਾ ਇੱਕ ਫੰਡ ਮੈਨੇਜਰ ਜਿਹਦੀ ਸਾਰੀ ਉਮਰ ਹੀ ਇਸ ਕੰਮ ਵਿੱਚ ਲੰਗੀ ਆ ਜਿਹਦਾ ਕੰਮ ਹੀ ਇਹ ਏ ਕਿ ਉਹਨੇ ਹਰ ਰੋਜ਼ ਕੰਪਨੀਆਂ ਨੂੰ ਅਨਾਲਿਸਿਸ ਕਰਨਾ ਏ ਕਿਉਂ ਨਾ ਉਹਨਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਉਹਨੂੰ ਕੰਮ ਤੇ ਲਾ ਦਗੇ ਵੀ ਭਈ ਆਹ ਮੇਰੇ ਪੈਸੇ ਆ ਤੂੰ ਉਹਨੂੰ ਮੈਨੇਜ ਕਰ ਇੱਕ ਚੀਜ਼ ਦੂਸਰੀ ਚੀਜ਼ ਇਹ ਹੈ ਕਿ ਆਪਣਾ ਰਿਸਕ ਘਟ ਜਾਂਦਾ ਹੈ ਕਿਉਂਕਿ ਮੰਨ ਕੇ ਚਲੋ ਮਾਰਕੀਟ ਡਿੱਗ ਰਹੀ ਆ ਆਪਾਂ ਉਹਨੇ ਐਕਟਿਵ ਨਹੀਂ ਹੈਗੇ ਜਾਂ ਆਪਾਂ ਨੂੰ ਉਹਨੇ ਡੀਪਲੀ ਨਹੀਂ ਪਤਾ ਕਿ ਯਾਰ ਕਿਹੜੇ ਰੀਜ਼ਨਸ ਕਰਕੇ ਮਾਰਕੀਟ ਜੇ ਹੈਗੀ ਡਿੱਗੀ ਜਾਂਦੀ ਆ ਪਰ ਜਿਹੜਾ ਫੰਡ ਮੈਨੇਜਰ ਹੋਊਗਾ ਉਹਨੂੰ ਆਪਣੇ ਕੋਲ ਵੱਧ ਜਾਣਕਾਰੀ ਆ ਉਹ ਨੂੰ ਜਦੋਂ ਲੋਡ ਹੋਊਗੀ ਮਾਰਕੀਟ ਵਿੱਚੋਂ ਪੈਸੇ ਕਢਾਊਗਾ ਜਦੋਂ ਲੋਡ ਹੋਊਗੀ ਮਾਰਕੀਟ ਦੇ ਵਿੱਚ ਪੈਸੇ ਇਨਵੈਸਟ ਕਰੂਗਾ ਮਤਲਬ ਆਪਾਂ ਐਕਟਿਵ ਨਹੀਂ ਹੈਗੇ ਪਰ ਆਪਣੇ ਬਦਲੇ ਕੋਈ ਹੋਰ ਜਾਣਾ ਹੈਗਾ ਜਿਹੜਾ ਐਕਟਿਵਲੀ ਕੰਮ ਕਰੀ ਜਾ ਰਿਹਾ ਹੈ ਤੀਸਰੀ ਤੇ ਸਭ ਤੋਂ ਵੱਡੀ ਗੱਲ ਤੁਹਾਡਾ ਪੈਸਾ ਜਿਹੜਾ ਹੈਗਾ ਡਾਇਵਰਸੀਫਾਈ ਹੋਊਗਾ ਮੰਨ ਕੇ ਚੱਲੋ ਤੁਹਾਡੇ ਕੋਲ 10000 ਰੁਪਇਆ ਤੁਸੀਂ ਸਾਰੇ ਦਾ ਸਾਰਾ ਰਾਇਲੈਂਸ ਜਾਂ ਕਿਸੇ ਵੀ ABC XYZ ਕੰਪਨੀ ਵਿੱਚ ਲਾਤਾ ਤੇ ਉਹ ਕੰਪਨੀ ਦੇ ਵਿੱਚ ਕੋਈ ਨਾ ਕੋਈ ਰੈੱਡ ਫਲੈਗ ਆ ਗਿਆ ਤੇ ਸਟਾਕ ਜਿਹੜਾ ਹੈਗਾ ਡਿੱਗਣ ਲੱਗ ਗਿਆ ਹੁਣ ਜਿਹੜਾ 10 ਦਾ 10000 ਆ ਸਾਰੇ ਤੇ ਇਫੈਕਟ ਪ ਪਰ ਮਿਊਚੁਅਲ ਫੰਡ ਵਿੱਚ ਕੀ ਹੋਊਗਾ ਤੁਹਾਡੇ ਜਿਹੜਾ 10000 ਉਹ ਚਾਰ ਪੰਜ ਕੰਪਨੀਆਂ ਜਾਂ ਜਿੰਨੀਆਂ ਵੀ ਉਹ ਪੋਰਟਫੋਲੀਓ ਵਿੱਚ ਹੋਣਗੀਆਂ ਤੁਹਾਡੇ ਪੈਸੇ ਉਹ ਜਿਹੜੇ ਹੈਗੇ ਵੰਡੇ ਜਾਣਗੇ ਪੈਸੇ ਵੰਡੇ ਗਏ ਮੰਨ ਲਓ ਇੱਕ ਕੰਪਨੀ ਡਿੱਗੂਗੀ ਤਾਂ ਸਾਰੀਆਂ ਤਾਂ ਡਿੱਗਣਗੀਆਂ ਦੂਜੀ ਪਰਫਾਰਮ ਵਧੀਆ ਕਰਜੂਗੀ ਤੁਹਾਡਾ ਜਿਹੜਾ ਰਿਸਕ ਆ ਔਰ ਘਟ ਗਿਆ ਤੇ ਮਾਰਕੀਟ ਵਿੱਚ ਆਪਾਂ ਇਸੇ ਚੀਜ਼ ਦਾ ਖਿਆਲ ਰੱਖਣਾ ਕਿ ਆਪਣਾ ਰਿਸਕ ਘੱਟ ਤੋਂ ਘੱਟ ਹੋਵੇ ਰਿਵਾਰਡ ਜ਼ਿਆਦਾ ਹੋਵੇ ਇਸ ਲਈ ਜੇ ਬਿਗਿਨਰ ਹੋ ਤਾਂ ਮਿਊਚੁਅਲ ਫੰਡ ਤੋਂ ਸ਼ੁਰੂ ਕਰੋ ਜਦੋਂ ਮਾਰਕੀਟ ਬਾਰੇ ਥੋੜੀ ਬਹੁਤ ਜਾਣਕਾਰੀ ਹੋ ਜਾਵੇ ਵੀ ਕਿਵੇਂ ਕੰਮ ਕਰਦੀਆਂ ਚੀਜ਼ਾਂ ਉਸ ਤੋਂ ਬਾਅਦ ਤੁਸੀਂ ਇੰਡੀਵਿਜੂਅਲ ਸਟਾਕਸ ਵਿੱਚ ਜਾ ਸਕਦੇ ਹੋ ਇਹਦੇ ਮਿਊਚੁਅਲ ਫੰਡ ਐਵੇਂ ਕਈ ਤਰ੍ਹਾਂ ਦੇ ਹੁੰਦੇ ਆ ਜਿਵੇਂ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਕੰਪਨੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਐ ਮਿਡ ਕੈਪ স্মਲ ਕੈਪ ਤੇ ਲਾਰਜ ਕੈਪ ਇਸੇ ਤਰ੍ਹਾਂ ਜਿਹੜਾ ਤੁਸੀਂ ਮਿਊਚੁਅਲ ਫੰਡ ਸਿਲੈਕਟ ਕਰਨੇ ਆ ਇਹ ਵੀ ਤੁਸੀਂ ਇਸੇ ਹਿਸਾਬ ਰਿਵਾਰਡ ਵੀ ਵੱਧ ਚਾਹੀਦਾ ਤਾਂ ਸਮਾਲ ਕੈਪ ਇੰਡੈਕਸ ਦੇਖ ਲਓ ਕਰਨਾ ਕੀ ਸਿਰਫ Google ਤੇ ਸਰਚ ਕਰੋ ਬੈਸਟ ਸਮਾਲ ਕੈਪ ਮਿਊਚੁਅਲ ਫੰਡ ਇਸੇ ਤਰ੍ਹਾਂ ਬੈਸਟ ਮਿਡ ਕੈਪ ਮਿਊਚੁਅਲ ਫੰਡ ਬੈਸਟ ਲਾਰਜ ਕੈਪ ਮਿਊਚੁਅਲ ਫੰਡ ਤੁਸੀਂ ਇੰਨੇ ਕੀ ਰਿਸਰਚ ਆਪ ਕਰ ਲਿਓ ਤੇ ਕਮੈਂਟ ਵਿੱਚ ਜ਼ਰੂਰ ਦੱਸੋ ਤੁਹਾਨੂੰ ਕਿਹੜਾ ਮਿਊਚੁਅਲ ਫੰਡ ਚੰਗਾ ਲੱਗਿਆ ਉਹਦੇ ਰਿਸਰਚ ਕਰਕੇ ਤੇ ਦੇਖ ਲਓ ਜੇ ਤੁਹਾਨੂੰ ਲੱਗਦਾ ਕਿ ਯਾਰ ਮੈਂ ਥੋੜਾ ਜਿਹਾ ਸਟੇਬਲ ਚੱਲਣਾ ਭਾਈ ਮੈਂ ਜਿਆਦਾ ਰਿਸਕ ਨਹੀਂ ਲੈਣਾ ਤਾਂ ਲਾਰਜ ਕੈਪ ਚ ਵਿੱਚ ਲਾ ਦਿਓ ਜੇ ਤੁਹਾਨੂੰ ਲੱਗਦਾ ਕਿ ਠੀਕ ਆ ਯਾਰ ਹਜੇ ਵੀ ਆਪਾਂ ਠੀਕ ਠਾਕ ਉਮਰ ਹੈਗੀ ਆ ਪਰ ਰਿਸਕ ਥੋੜਾ ਬਹੁਤ ਲੈ ਸਕਦੇ ਮਿਡ ਕੈਪ ਚ ਲਾ ਦਿਓ ਤੇ ਜੇ ਬਿਲਕੁਲ ਯੰਗ ਹੋ 20 ਤੋਂ 22 ਸਾਲ ਉਮਰ ਆ ਤਾਂ স্মੋਲ ਕੈਪ ਵਿੱਚ ਲਾ ਦਿਓ ਮਤਲਬ ਮੇਰੇ ਕਹਿਣ ਤੇ ਨਾ ਲਾਓ ਵੀ ਇਹ ਲਾ ਸਕਦੇ ਹੋ ਤੁਸੀਂ ਤੇ ਤੁਸੀਂ ਉਹਦੇ ਵਿੱਚ ਲਾ ਕੇ ਸਕਦੇ ਹੋ ਰਿਸਕ ਉਹਦੇ ਵਿੱਚ ਜਿਆਦਾ ਹੋਊਗਾ ਪਰ ਉਹਦਾ ਰਿਵਾਰਡ ਵੀ ਜਿਆਦਾ ਹੈ ਵੀ ਜੇ ਚੱਲ ਗਿਆ ਤਾਂ ਤੁਹਾਨੂੰ ਚੰਗੇ ਰਿਟਰਨ ਮਿਲੂ ਜੇ ਘਟ ਗਿਆ ਤਾਂ ਉਹਦੇ ਵਿੱਚ ਚਾਂਸ ਲੌਂਗ ਟਰਮ ਦੇ ਲਈ ਲਾਉਂਗੇ ਲੌਸ ਨਹੀਂ ਹੋਣਾਗਾ ਲੌਂਗ ਟਰਮ ਦੇ ਵਿੱਚ ਕੰਪਨੀ ਕਿਉਂਕਿ ਬੰਦਾ ਏ ਤੇ ਸਟਾਕ ਮਾਰਕੀਟ ਨੇ ਹਮੇਸ਼ਾ ਉੱਪਰ ਹੀ ਜਾਣਾ ਏ ਲੌਂਗ ਟਰਮ ਅਪਰੋਚ ਲੈ ਕੇ ਆਉਂਗਾ ਤੁਹਾਨੂੰ ਪ੍ਰੋਫਿਟ ਹੀ ਹੋਊਗਾ ਤੇ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨ ਦੀ ਇੱਕ ਹੋਰ ਬਹੁਤ ਵਧੀਆ ਤਕਨੀਕ ਹੈ ਹੁੰਦੀ ਹੈ ਕਿ ਤੁਸੀਂ ਆਪਣਾ ਗੋਲ ਡਿਸਾਈਡ ਕਰੋ ਕਰਨਾ ਕੀ ਆ ਮਿਊਚੁਅਲ ਫੰਡ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਆ ਕਿ ਤੁਹਾਡਾ ਗੋਲ ਹੋਵੇ ਇੱਕ ਫਿਰ ਉਹਦੇ ਹਿਸਾਬ ਨਾਲ ਤੁਸੀਂ ਪਲਾਨਿੰਗ ਕਰਕੇ ਆਉਦੀ ਮੰਥ ਜਿਹੜੀ ਐਸਆਈਪੀ ਆ ਸਿਸਟੈਮੈਟਿਕ ਇਨਵੈਸਟਮੈਂਟ ਪਲਾਨ ਸ਼ੁਰੂ ਕਰੋ ਜਿਵੇਂ ਇੱਕ ਚੀਜ਼ ਤਾਂ ਹੋ ਜਾਂਦੀ ਜ ਘਰ ਦੀ ਕੀਮਤ ਕਿੰਨੀ ਆ ਉਹ ਕੈਲਕੂਲੇਟਰ ਆ ਜਾਂਦੇ ਹੁੰਦੇ ਕਾਫੀ ਜਦੋਂ ਕਿਸੇ ਮਿਊਚੁਅਲ ਫੰਡ ਦੀ ਸਾਈਟ ਤੇ ਜਾਓਗੇ ਘਰ ਦੀ ਕੀਮਤ ਭਰੋ ਕਿੰਨੀ ਤੁਹਾਨੂੰ ਰਿਟਰਨ ਜਿਹੜੀ ਤੁਸੀਂ ਐਕਸਪੈਕਟ ਕਰਦੇ ਹੋ ਜਿਵੇਂ 12 ਤੋਂ 15 ਲਗਭਗ ਇੰਨੀ ਕੁ ਐਕਸਪੈਕਟ ਕੀਤੀ ਜਾ ਸਕਦੀ ਹੈ ਚੰਗੇ ਮਿਊਚੁਅਲ ਫੰਡ ਤੋਂ ਉਹ ਭਰੋ ਤੇ ਆ ਦੀ ਜਿਹੜੀ ਮੰਥਲੀ ਤੁਸੀਂ ਇਨਵੈਸਟ ਕਰੋਗੇ ਉਹ ਭਰ ਦਿਓ ਤੁਸੀਂ 500000 2000 2500 ਜਿੰਨੀ ਤੁਹਾਡੀ ਜੇਬ ਤੁਹਾਨੂੰ ਅਲਾਉ ਕਰਦੀ ਆ ਉਹ ਭਰ ਦਿਓ ਤਾਂ ਉਹ ਮਾਰਕ ਤੁਹਾਨੂੰ ਜਿਹੜਾ ਹੈਗਾ ਕੈਲਕੂਲੇਟਰ ਉਹ ਦੱਸ ਦੋਗੇ ਤੁਹਾਨੂੰ ਇੰਨਾ ਸਮਾਂ ਇਨਵੈਸਟ ਕਰਨਾ ਪੈਣਾ ਤੁਹਾਨੂੰ ਗੋਲ ਪਲਾਨਿੰਗ ਦੇ ਲਈ ਮਿਊਚੁਅਲ ਫੰਡ ਬਹੁਤ ਵਧੀਆ ਚੀਜ਼ ਆ ਇਸੇ ਤਰ੍ਹਾਂ ਜੇ ਤੁਸੀਂ ਕਹਿੰਦੇ ਯਾਰ ਬੱਚੇ ਦੀ ਐਜੂਕੇਸ਼ਨ ਆ ਵੀ ਕੱਲ ਨੂੰ ਜਵਾਕ ਅੱਜ ਛੋਟੇ ਆ ਕੱਲ ਨੂੰ ਵੱਡੇ ਹੋਣਗੇ ਬਾਹਰ ਪੜਨ ਲਈ ਭੇਜਣਾ ਹੈ ਜਾਂ ਕਿਤੇ ਵੀ ਇੰਡੀਆ ਵਿੱਚ ਕਿਤੇ ਪੜਾਉਣੇ ਵੱਡੇ ਕਾਲਜ ਵਿੱਚ ਤਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਤੇ ਫਾਰ ਇਗਜ਼ਾਮਪਲ 20 ਲੱਖ ਰੁਪਇਆ ਖਰਚ ਆਉਣਾ ਤਾਂ ਤੁਸੀਂ 20 ਲੱਖ ਨੂੰ ਪਲਾਨ ਕਰੋ ਕਿ ਮੈਂ ਇੰਨਾ ਜਿਹੜਾ ਹੈਗਾ ਇਹ ਭਰ ਸਕਦਾਗਾ ਮੰਥਲੀ ਇਨਸਟਾਲਮੈਂਟ ਦੇ ਸਕਦਾ ਮੰਥਲੀ ਇੰਨੀ ਸਿੱਪ ਕਰ ਸਕਦਾ ਐ ਇੰਨੀ ਮੈਂ 익ਸਪੈਕਟ ਕਰਦਾ ਰਿਟਰਨ ਤੇ ਉਹ ਤੁਹਾਨੂੰ ਦੱਸ ਦੋਗੇ ਕਿ ਤੁਹਾਨੂੰ ਇੰਨੇ ਸਾਲ ਲਈ ਜਿਹੜਾ ਹੈਗਾ ਇਹ ਇਨਵੈਸਟ ਕਰਨਾ ਪੈਣਾ ਸਿੱਧੇ ਇਨਵੈਸਟ ਕਰਨ ਦੀ ਬਜਾਏ ਥੋੜਾ ਪਲਾਨਿੰਗ ਨਾਲ ਕਰੋਗੇ ਜ਼ਿਆਦਾ ਫਾਇਦਾ ਹੋਊਗਾ